ਆਡੇ ਬਲਾਰੇ ਨੇ ਭਾਈ ਹਰਿੰਦਰ ਸਿੰਘ ਜੀ ਐਕਸੈਸ ਤੋਂ ਉਹ ਆਪ ਜਿਹਦੇ ਨਾਲ 3:35 ਮਿੰਟ ਤੱਕ ਸਾਂਝ ਪਾਉਣਗੇ ਜੀ ਭਾਈ ਹਰਿੰਦਰ ਸਿੰਘ ਜੀ ਟੈਕਸਿਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ ਵਾਰਸ ਬਰਨ ਦੀ ਲੋਚਾ ਰੱਖਣ ਵਾਲਿਓ ਇੱਕ ਦੁੱਤੀ ਪਰਮਾਤਮਾ ਨੂੰ ਆਪਣੀ ਸੁਰਤ ਵਿੱਚ ਲਿਆਂਦੇ ਹੋਏ ਫਤਿਹ ਦਾ ਜਾਪ ਫਤੇ ਨਾਲ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੇ ਅੱਜ ਦੇ ਅੱਜ ਦਾ ਇਹ ਟੌਪਿਕ ਰੱਖਿਆ ਕਿ ਅਸੀਂ 2010 ਜਿਹੜਾ 21ਵੀਂ ਸ਼ਤਾਬਦੀ ਦਾ ਪਹਿਲਾ ਦਹਾਕਾ ਉਹਦੇ ਐਂਡ ਤੇ ਆ ਰਹੇ ਆ ਤੇ ਟੌਪਿਕ ਅਸੀਂ ਰੱਖਿਆ ਹੈਗਾ ਸਿੱਖੀ 2020 ਉਸ ਤੋਂ ਭਾਵ ਹੁੰਦਾ ਕਿ ਕਿਹੜੀ ਕਲੈਰਿਟੀ ਡਿਵੈਲਪ ਕਰੀਏ ਤੇ ਅਗਲੇ 10 ਸਾਲ ਲਈ ਸਾਨੂੰ ਕੀ ਕਰਨ ਦੀ ਲੋੜ ਹੈ ਤਸੀਂ ਕਾਫੀ ਹੋਰ ਗੱਲਾਂ ਵੀ ਸੁਣੋਗੇ ਅੱਜ ਮੈਂ ਮੋੜ ਵਿੱਚ ਇਹ ਗੱਲ ਕਰਨੀ ਚਾਹਾਂਗਾ ਕਿ ਸਾਨੂੰ ਲੋੜ ਹੈਗੀ ਕੋਈ ਸੋਲੂਸ਼ਨ ਬੇਸਡ ਅਪਰੋਚਸ ਡਿਵੈਲਪ ਕਰਨ ਦੀ ਜਿਹੜੀਆਂ ਫਿਲਾਸਫੀਕਲ ਟੈਂਡੈਂਸੀਜ਼ ਨਹੀਂ ਹਨ ਉਹਨਾਂ ਨੂੰ ਸਿੱਖੀ ਦੇ ਵਿੱਚ ਕਿਸੇ ਲੈਵਲ ਤੇ ਕਰ ਐਕਸੈਪਟ ਕੀਤਾ ਹੋਇਆ ਬੜਾ ਮੁਕੰਮਲ ਰੂਪ ਵਿੱਚ ਅਸੀਂ ਫਿਲਾਸਫਰ ਨਹੀਂ ਬਣਨਾ ਵੀ ਹੈਵ ਟੂ ਫਾਈਂਡ ਸੋਲੂਸ਼ਨਸ ਟੂ ਹੋ ਕੇ ਰਿਆਜ ਜਿਵੇਂ ਇੱਥੇ ਅਮਰੀਕਾ 'ਚ ਵੀ ਮੈਂ ਮੋਸਟਲੀ ਪੜਿਆ ਹੋਇਆ ਤੇ ਇੱਥੇ ਦਾ ਇੱਕ ਪ੍ਰੈਜ਼ੀਡੈਂਟ ਸੇ ਇਬਰਾਹਿਮ ਲਿੰਕਨ ਉਹਦੀ ਇੱਕ ਕਹਾਵਤ ਹੈ ਸਟਾਪ ਬ੍ਰੈਗਿੰਗ ਅਬਾਊਟ ਵਾਟ ਯੋਰ ਗ੍ਰੈਂਡਫਾਦਰ ਡਿਡ ਐਂਡ ਸਟਾਰਟ ਵਰੀਇੰਗ ਅਬਾਊਟ ਵਾਟ ਯੋਰ ਗ੍ਰੈਂਡਸਨ ਇਜ਼ ਅਪ ਟੂ ਸੋ ਅਸੀਂ ਆਪਣੇ ਬਜ਼ੁਰਗਾ ਦੀਆਂ ਰੋਟੀਆਂ ਜਿਹੜੀਆਂ ਖਾਈ ਜਾ ਰਹੇ ਆ ਉਹ ਇਹ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜੋ ਗੁਰਬਾਣੀ ਛੇਗਾ ਜੋ ਹਿਸਟਰੀ ਛੇਗਾ ਉਸ ਐਕਸਪੀਰੀਅੰਸ ਨੂੰ ਅਸੀਂ ਅੱਜ ਦੇ ਮਾਹੌਲ ਵਿੱਚ ਕਿਵੇਂ ਲਿਆਈਏ ਤੇ ਬੈਟਰ ਕਰੀਏ ਆਉਣ ਵਾਲੇ ਥੋੜੇ ਸਮੇਂ ਨੂੰ ਉਹਨੂੰ ਅਸੀਂ ਕੋਸ਼ਿਸ਼ ਕਰਨ ਦੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਡਾਇਸਪੋਰਾ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਆਈਡੀਆ ਹੈਗਾ ਹੋਮਲੈਂਡ ਦਾ ਤੇ ਨਿਊਯਾਰਕ ਤੋਂ ਆਈਡੀਆ ਹੈਗਾ ਡਾਇਸਪੋਰਾ ਦਾ ਇਹਨਾਂ ਦੇ ਵਿੱਚ ਇੱਕ ਤਣਾਅ ਨਹੀਂ ਚਾਹੀਦਾ ਇਹਨਾਂ ਦੇ ਵਿੱਚ ਮੈਂ ਥੋੜਾ ਬਹੁਤ ਸਿੱਖ ਸੰਗਤਾਂ ਵਿੱਚ ਵਿਛੜ ਰਿਹਾ ਹਾਂ ਸੋ ਮੈਂ ਇੱਕ ਮੈਕਰੋ 뷰 ਕਵਰ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਕੈਨੇਡਾ ਦੇ ਵਿੱਚ ਜਿਹੜਾ ਸਿੱਖ ਆ ਮਲੇਸ਼ੀਆ ਵਿੱਚ ਵੀ ਬੈਠਾ ਯੂਐਸ ਤੇ ਕੈਨੇਡਾ ਬੈਠਾ ਪੰਜਾਬ ਵਿੱਚ ਬੈਠਾ ਕਿਹੜੀਆਂ ਦੋ ਤਿੰਨ ਮੁੱਢਲੀਆਂ ਚੀਜ਼ਾਂ ਦੋ ਤਿੰਨ ਹੀ ਹੁੰਦੀਆਂ ਕੰਮ ਕਰਨ ਵਾਲੀਆਂ ਬਾਕੀ ਸਾਰੀਆਂ ਐਕਸਟਰਨਲ ਮੈਨੀਫੈਸਟੇਸ਼ਨਸ ਹੁੰਦੀਆਂ ਉਹਨਾਂ ਚ ਸੋ ਮੋਡੂਲੇ ਰੂਪ ਵਿੱਚ ਸਾਨੂੰ ਕੀ ਕਰਨ ਦੀ ਲੋੜ ਆ ਉਹਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਸਿੱਖ ਮਾਹੌਲ ਵਿੱਚ ਹੈਗੇ ਆਂ ਪਹਿਲੀ ਵਾਰ ਗੁਰਬਾਣੀ ਤੋਂ ਹੀ ਸ਼ੁਰੂ ਕਰਾਂਗੇ ਇਹ ਭਗਤ ਜੀ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉੱਥੇ ਦੱਸਿਆ ਜਾ ਰਿਹਾ ਕਿ ਕਿਸ ਚੀਜ਼ ਦੀ ਨੇਹਰੀ ਲਿਆਉਣ ਦੀ ਲੋੜ ਆ ਹੋਰ ਇਹਨੀਆਂ ਨੇਹਰੀਆਂ ਆਉਂਦੀਆਂ ਨਾ ਜ ਜਿਹਨਾਂ ਅਸੀਂ ਮੂਵਮੈਂਟ ਵੀ ਕਹਿ ਸਕਦੇ ਆ ਹੁਣੇ ਪਿੱਛੇ ਦੋ ਲੈਕਚਰਜ਼ ਵਿੱਚ ਇਹ ਗੱਲ ਵੀ ਆਈ ਹੈ ਕੀ ਕਰਨ ਦੀ ਲੋੜ ਆ ਸਾਨੂੰ ਇਹ ਗੱਲ ਲੈ ਕੇ ਚੱਲਣੀ ਪੈਣੀ ਹੈ ਕਿ ਅਸੀਂ ਆਪਣੇ ਦਿਮਾਗ ਨੂੰ ਆਪਣੀ ਅੰਡਰਸਟੈਂਡਿੰਗ ਨੂੰ ਸਮੇਂ ਦੀਆਂ ਧਾਰਨਾਵਾਂ ਜਿਹੜੀਆਂ ਨੇ ਭਾਵੇਂ ਉਹ ਪੋਸਟ-ਮਾਡਰਨਿਜ਼ਮ ਆ ਭਾਵੇਂ ਹਿਸਟੋਰੀਕਲ ਟਰੈਂਡਸ ਨੇ ਭਾਵੇਂ ਸਾਈਕੋਲੋਜੀਕਲ ਟਰੈਂਡਸ ਨੇ ਉਹਨਾਂ ਨੂੰ ਜਿਹੜੇ ਗੁਰਬਾਣੀ ਨਾਲ ਮੇਲ ਖਾਂਦੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਾਈਏ ਸੋ ਵੀ ਹੈਵ ਟੂ ਸਟਾਰਟ ਵਿਦ ਗੁਰੂ ਗ੍ਰੰਥ ਸਾਹਿਬ ਉਹੀ ਇੱਕ ਸਾਡੇ ਕੋਲ ਪੰਥਕ ਯੂਨਿਟੀ ਦਾ ਇੱਕੋ ਹੀ ਸਾਧਨਾ ਬਾਕੀ ਹਰ ਗੱਲ ਤੇ ਸਾਡੀ ਡਿਸਯੂਨਿਟੀ ਹੈਗੀ ਆ ਇਹ ਇਨਫੈਕਟ ਸਾਨੂੰ ਸੈਲੀਬ੍ਰੇਟ ਕਰਨੀ ਚਾਹੀਦੀ ਜੇ ਪਿੱਛੇ ਗੱਲ ਹੋਈ ਆ ਉਹ ਯੂਨੀਟੀ ਹੈ ਕਿ ਗਿਆਨ ਦੀ ਆਂਧੀ ਕਿਵੇਂ ਆਵੇ ਕਿਉਂਕਿ ਜਦ ਗਿਆਨ ਦੀ ਆਂਧੀ ਆਉਂਦੀ ਆ ਅਵੇਅਰਨੈਸ ਜਦ ਬੰਦਾ ਜੀ ਰਿਆ ਹੁੰਦਾ ਫਿਰ ਉਹ ਸੈਕਿੰਡ ਤੇ ਫਰਸਟ ਤੇ ਸੈਕਿੰਡ ਲਾਈਨ ਦੇਖੋ ਫਿਰ ਸਾਰੀਆਂ ਚੀਜ਼ਾਂ ਆਪਣੇ ਆਪ ਜਿਹੜੀਆਂ ਛੋਟੀਆਂ ਮੋਟੀਆਂ ਉਡਾਰੀਆਂ ਹੁੰਦੀਆਂ ਨੇ ਉਹ ਤਾਂ ਆਪਣੇ ਆਪ ਹੀ ਬੰਦ ਹੋ ਜਾਂਦੀਆਂ ਨੇ ਥਿਸ ਇਜ਼ ਹਾਉ ਗੁਰੂ ਨਾਨਕ ਵਾਸ ਪ੍ਰੈਜ਼ੈਂਟਡ ਬਾਈ ਭਾਈ ਗੁਰਦਾਸ ਵੈਨ ਹੀ ਸੇਜ਼ ਕਿ ਸਿੰਘਬ ਕੇ ਮਿਰਗਾਵਲੀ ਉਹਨਾਂ ਨੇ ਇੱਕ ਲਾਇਨ ਵਾਂਗੂ ਆ ਕੇ ਦਹਾੜ ਦਿੱਤੀ ਤੇ ਜਿਹੜੀਆਂ ਹਿਰਨਾ ਦੀਆਂ ਛੋਟੀਆਂ ਮੋਟੀਆਂ ਡਾਰਾਂ ਸੀਗੀਆਂ ਵਿੱਚ ਵੀ ਜਿਹੜੇ ਛੋਟੇ ਮੋਟੇ ਫਿਲਾਸਫੀਕਲ ਥੌਟਸ ਸੀ ਉਹ ਤਾਂ ਆਪਣੇ ਆਪ ਹੀ ਭੱਜ ਵੀ ਨੀਡ ਟੂ ਫੋਕਸ ਔਨ ਕਿ ਵੱਡਾ ਥਾਟ ਕੀ ਆ ਸਾਡੇ ਗਿਆਨ ਦੇ ਵਿੱਚ ਜਿਹੜਾ ਪੈਦਾ ਹੋਇਆ ਐਂਡ ਗਿਆਨ ਤੋਂ ਪਾਵੇ ਇਥੇ ਸਿਰਫ ਦੁਨੀਆਵੀ ਯਾ ਵਰਲਡੀ ਐਜੂਕੇਸ਼ਨ ਤੋਂ ਨਹੀਂ ਆ ਗਿਆਨ ਤੋਂ ਪਾਵਾ ਜਿਹੜੀ ਚੀਜ਼ ਸੁਰਤ ਨੂੰ ਜਗਾ ਰਹੀ ਆ ਸਾਡੀ ਐਸ ਭਾਈ ਵੀਰ ਸਿੰਘ ਯੂਸ ਟੂ ਸੇ ਕਿ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਸਿੱਖੀ ਕੀ ਆ ਉਹ ਕਹਿੰਦੇ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਇਹ ਸੁਰਤ ਨੂੰ ਬਲਵਾਨ ਕਰਨ ਦੀਆਂ ਗੱਲਾਂ ਬਹੁਤ ਘੱਟ ਹੋ ਰਹੀਆਂ ਨੇ ਫਿਰ ਸਾਡੇ ਵਿੱਚ ਦੁਫਾੜ ਪੈਦਾ ਹੋਣਗੇ ਫਿਰ ਮਲਗੋਬਾ ਬਣੂਗਾ ਕਿ ਸਿਆਸੀ ਬਣੀਏ ਜਾਂ ਰਿਲੀਜੀਅਸ ਬਣੀਏ ਸਪਿਰਚੁਅਲ ਇਹ ਵੀ ਫੈਡ ਹੋ ਗਿਆ ਨਾ ਅੱਜ ਕੱਲ ਤੁਸੀਂ ਸੈਕੰਡ ਜਨਰੇਸ਼ਨ ਨੂੰ ਦੇਖੋ ਜਾਂ ਅਮਰੀਕਾ ਦੇ ਜ਼ਿਆਦਾ ਬੰਦਿਆਂ ਨੂੰ ਦੇਖੋ ਉਹ ਕਹਿੰਦੇ ਅਸੀਂ ਤਾਂ ਜੀ ਸਪਿਰਚੁਅਲ ਬਣ ਰਹੇ ਹਾਂ ਇਹ ਕੇ ਵੀ ਇੱਕ ਨਵਾਂ ਫੈਸ਼ਨ ਚੱਲ ਰਿਹਾ ਹਰ ਬੰਦਾ ਸਪਿਰਚੁਅਲ ਬਣਨਾ ਚਾਹੁੰਦਾ ਕੋਈ ਰਿਲੀਜੀਅਸ ਨਹੀਂ ਬਣਨਾ ਚਾਹੁੰਦਾ ਸੋ ਇਹ ਕੇ ਵੀ ਕਿਤੇ ਨਵਾਂ ਫੈਸ਼ਨ ਤਾਂ ਬਣ ਜਿਵੇਂ ਸਿੱਖੀ ਵਿੱਚ ਕਿ ਇੱਕ ਚੀਜ਼ ਨੂੰ ਤੋੜ ਦਿਓ ਤਾਂ ਸਿਰਫ ਦੂਸਰੀ ਚੀਜ਼ ਹੀ ਉਹ ਸਿੱਖਾਂ ਵਿੱਚ ਆਲਰੇਡੀ ਹੋ ਚੁੱਕਿਆ ਸਾਡੇ ਵਿੱਚ ਵੀ ਕਈ ਜੱਥੇਬੰਦੀਆਂ ਨੇ ਉਹ ਕਹਿੰ ਬਾਕੀ ਚੀਜ਼ਾਂ ਦਾ ਹੀ ਤਿਆਗ ਕਰ ਦੋ ਇਹ ਵੀ ਇੱਕ ਦਫਾੜ ਪੈਦਾ ਕਰੂਗਾ ਇਹਦੇ ਪਿੱਛੇ ਸਾਨੂੰ ਸਿੱਖੀ ਦਾ ਐਕਚੁਅਲ ਥਾਟ ਕੀ ਆ ਉਹ ਸਾਨੂੰ ਦੇਖਣਾ ਹੀ ਪੈਣਾ ਸਾਡੇ ਕੋਲ ਆਪਸ਼ਨ ਨਹੀਂ ਆ ਉਹਦੇ ਵਿੱਚ ਵਾਈ ਡਿਡ ਗੁਰੂ ਨਾਨਕ ਸਾਹਿਬ ਰਾਈਟ ਬਿਕੋਜ਼ ਇਫ ਆਈ ਆਮ ਗੋਇੰਨਾ ਫਾਲੋ ਸਿੱਖ ਥਾਟ ਆ ਬੈਟਰ ਸਟੱਡੀ ਗੁਰੂ ਨਾਨਕ ਨਾਟ ਵਾਟ ਪੀਪਲ ਆਰ ਰਾਈਟਿੰਗ ਅਬਾਊਟ ਗੁਰੂ ਨਾਨਕ ਬੰਦੇ ਤਾਂ ਆਪਣੀ ਆਪਣੀ ਮਰਜ਼ੀ ਮੁਤਾਬਿਕ ਲਿਖਣਾ ਆਪਣੇ ਆਪਣੀ ਪੈਰਾਡਾਈਮ ਦੇ ਮੁਤਾਬਕ ਬਟ ਹੀ ਰਾਈਟਸ ਇਨ ਸੋ ਕਾਲਡ ਬਾਬਰ ਵਾਣੀ ਦੇ ਚਾਰ ਸ਼ਬਦਾਂ ਚੋਂ ਵੈਸੇ ਉਹ ਟਾਈਟਲ ਨਹੀਂ ਆ ਆਪਾਂ ਕਹਿ ਦਿੰਦੇ ਆ ਪੌਪੂਲਰਲੀ ਇੱਕ ਸ਼ਬਦ ਵਿੱਚ ਉਹਨਾਂ ਨੇ ਜਿਹੜੇ ਬਾਬਰ ਦੇ ਬਾਰੇ ਗੱਲ ਲਿਖੀ ਆ ਤੇ ਉਸ ਵੇਲੇ ਦੇ ਸਪਿਰਚੁਅਲ ਲੀਡਰ ਬਾਰੇ ਗੱਲ ਲਿਖੀ ਹੈ ਗੁਰਦਾਨਕ ਸਾਹਿਬ ਨੇ ਉਹ ਜਿਆਦਾ ਇੰਪੋਰਟੈਂਟ ਹੈ ਸਾਡੇ ਲਈ ਉਹ ਸਾਨੂੰ ਅੱਜ ਦੇ ਮਾਹੌਲ ਵਿੱਚ ਸੂਝ ਦਿੰਦੀ ਹੈ ਕਿ ਅਸੀਂ ਕੀ ਕਰੀਏ ਉਹ ਕਹਿੰਦੇ ਨੇ ਕੋਟੀ ਹੂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆਤਾ ਆ ਮੀਰੀ ਪੀਰੀ ਇਜ਼ ਆਲਸੋ ਸਟਾਰਟਡ ਬਾਏ ਗੁਰਦਾਨਕ ਹਰ ਗੁਰੂ ਸਾਹਿਬਾਨ ਨੇ ਇੱਕ ਇੰਸਟੀਟਿਊਸ਼ਨਸ ਬਣਾਏ ਸੀ ਉਹ ਆਈਡੀਆਜ਼ ਨੂੰ ਉਸ ਗਿਆਨ ਨੂੰ ਬਰਕਰਾਰ ਰੱਖਣ ਲਈ ਕਹਿੰਦੇ ਜਦੋਂ ਪੀਰ ਜਦੋਂ ਮੀਰ ਨੇ ਪ੍ਰਿੰਸ ਨੇ ਅਟੈਕ ਕੀਤਾ ਹਿੰਦੁਸਤਾਨ ਤੇ where did all the spiritual leaders go koti hupir why are they not making the moguls blind today aj mogal kyon nahi ande ho rahe matlab eh chusi 84 naal relate kar lo a tin bandeyan di photo itthe lagi a who are we talking about 84 vich babbe kitthe sige hun kinne babbe ne oh jo bhai gurdas karan savan di pabiriyan wangu nikle aunde ne kyon kyuki Kyo actual ladai hai gi ki, ki jad banda kalla spiritual hage te jad banda kalla political hage oh dono hi problem create kar dende in fact ਗੁਰਦਾਨਕ ਸਾਹਿਬ ਵੇਲੇ ਦੇਖੋ 100 ਸਾਲ ਪਹਿਲ ਦੇਖੋ ਹੁਣ ਦੇਖੋ ਦੇ ਦਾ ਰਿਲੀਜੀਅਸ ਐਂਡ ਦਾ ਪੋਲਿਟਿਕਲ ਲੀਡਰ ਕਨਸਪਾਇਰ ਟੂ ਕੰਟਰੋਲ ਯੂ ਐਂਡ ਮੀ ਥਿਸ ਇਜ਼ ਆਰ ਥੀਸਿਸ ਥਿਸ ਇਜ਼ ਵਾਈ ਐਵਰੀ ਸਿੱਖ ਵਾਸ ਟੋਲ ਯੂ ਬਿਕਮ ਮੀਰੀ ਪੀਰੀ ਯੂ ਮਸਟ ਬੀ ਸਪਿਰਚੂਅਲੀ ਐਕਟਿਵ ਐਂਡ ਯੂ ਮਸਟ ਬੀ ਪੋਲਿਟਿਕਲੀ ਐਕਟਿਵ ਹੁਣ ਅਸੀਂ ਇਹਦੇ ਫਾਨ ਕਰ ਰਹੇ ਆ ਇੱਕ ਬੰਦਾ ਕਹਿੰਦਾ ਜੀ ਪੂਰਾ ਦਿਨ ਸਿਮਰਨ ਕਰੋ ਦੂਜਾ ਕਹਿੰਦਾ ਖਾਲਿਸਤਾਨ ਬਣਾਓ ਦੋਨੋਂ ਕੰਮ ਵੀ ਨਹੀਂ ਹੋ ਰਿਹਾ ਉਹ ਵੀ ਦੋਨੋਂ ਖਾਨੇ ਬਣਾਏ ਜਾ ਰਹੇ ਨੇ ਸਿੱਖੀ ਦੇ ਫਿਰ ਸਾਡਾ ਤਾਂ ਹੁੰਦਾ ਏ ਸੀ ਕਿ ਜਿਹੜਾ ਸਿਮਰਨ ਕਰਦਾ ਸੀ ਤੁਸੀਂ 47 ਤੇ 84 ਦੀਆਂ ਗੱਲਾਂ ਥੋੜੀਆਂ ਸੁਣੀਆਂ ਜਿਹੜਾ 47 ਜੰਮਿਆ ਤੇ 84 ਵਿੱਚ ਸ਼ਹਾਦਤ ਪ੍ਰਾਪਤ ਕੀਤੀ ਉੱਥੋਂ ਹੀ ਸਮਝ ਲਓ ਕਿ 84 ਕੱਟਣੀ ਸਾਡੇ ਲਈ ਕੀ ਆ ਤੇ ਸੰਤ ਅਲੀ ਸਾਡਾ ਇਹ ਹੈਗਾ ਕਿ 47 ਵੀ ਕਿਵੇਂ ਚਲਾਉਣੀ ਆ ਅਮੇ ਦੀਜ਼ ਆਰ ਦਾ ਥਿੰਗਸ ਵੀ ਹੈਵ ਟੂ ਲਰਨ ਥਿਸ ਇਜ਼ ਜਰਨਲ ਸਿੰਘ ਪਿੰਡਰਾ ਵਾਲਾ ਹੂਜ਼ ਬੋਰਨ ਇਨ 47 ਐਂਡ ਹੀ ਅਮਬਰਸਸ ਹਿਸ ਮਾਰਟਿਰਡ ਇਨ 84 ਅਨਾਂ ਦੋ ਜਿਹੜੇ ਸ਼ਹੀਦਾਂ ਸਿੱਖਾਂ ਦੀ ਫੋਟੋ ਲੱਗੀ ਆ ਉਹਨਾਂ ਨੇ ਕੀ ਕੀਤਾ ਦੱਸ ਬ੍ਰਿੰਗ ਅ ਫੋਕਸ ਔਨ ਟੂ ਥੀਜ਼ ਥਿੰਗਸ ਗੁਰੂ ਨਾਨਕ ਸਾਹਿਬ ਦਾ ਜਿਹੜਾ ਰੈਵੋਲੂਸ਼ਨ ਸੀ ਇਹਨੂੰ ਅਸੀਂ ਧਰਮ ਕਹਿ ਕਰਕੇ ਵੀ ਨਾ ਕਿਉਂਕਿ ਧਰਮ ਦੀ ਇੱਕ ਆਪਣੀ ਡੈਫੀਨੇਸ਼ਨ ਹੈ ਐਕੈਡੈਮਿਕ ਇਸ਼ੂਜ਼ ਵੀ ਨਹੀਂ ਫਸਣਾ ਚਾਹੁੰਦਾ ਇਹਨੂੰ ਕੱਲਾ ਧਰਮ ਵਾਂਗੂ ਪ੍ਰੈਜ਼ੈਂਟ ਕਰਕੇ ਵੀ ਅਸੀਂ ਇੱਕ ਨੁਕਸਾਨ ਕਰ ਰਹੇ ਹਾਂ ਇਸ ਸਰਦਾਰ ਜਗਜੀਤ ਸਿੰਘ ਦਾ ਵੱਡਾ ਥੀਸਿਸ ਆ ਸਿੱਖ ਰੈਵੋਲੂਸ਼ਨ ਬੁੱਕ ਵਿੱਚ ਡੀਟੇਲ ਉਹਦੇ ਵਿੱਚੋਂ ਆਪਾਂ ਲੈ ਸਕਦੇ ਹਾਂ ਬਟ ਕੀ ਕੀਤਾ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੇ ਡਿਗਨਿਟੀ ਤੇ ਰਿਸਪੈਕਟ ਕਾਇਮ ਕੀਤੀ ਸੀ ਹਰ ਬੰਦੇ ਦੀ ਅਸੀਂ ਇਹਨੂੰ ਸਿੱਖੀ ਦਾ ਗੋਲ ਬਣਾਇਆ ਅੱਜ ਕੀ ਨਹੀਂ ਕਿੱਥੇ ਕੌਣ ਕਾਇਮ ਕਰ ਰਿਹਾ ਅਸੀਂ ਤਾਂ ਵਿਦਨ ਸਿਕ ਸਰਕਲ ਦੀ ਡਿਗਨਿਟੀ ਰਿਸਪੈਕਟ ਦੀ ਗੱਲ ਹੀ ਨਹੀਂ ਕਰਕੇ ਰਾਜੀ ਇਹ ਕੁਆਲਟੀ ਦਾ ਇੱਕ ਨਾਰਾ ਜ਼ਰੂਰ ਲਾ ਲੈਂਦੇ ਆ ਇੰਟਰਫੇਸ ਸਰਕਲਸ ਵਿੱਚ ਬਟ ਆਊਟਸਾਈਡ ਆਫ ਦੈਟ ਥੇਰ ਇਜ਼ ਹੂ ਇਜ਼ ਵਰਕਿੰਗ ਵਿਦ ਦੀ ਅੰਡਰਡੌਗ ਐਂਡ ਅਨ ਰਿਪਰੈਜ਼ੈਂਟਡ ਪੀਪਲਸ ਆਫ ਦ ਵਰਲਡ ਨੀਚੀ ਹੂ ਅਤੇ ਨੀਚ ਜਿਹੜੀ ਸਿਖਾਈ ਗਈ ਸੀ ਸਾਨੂੰ ਗੱਲ ਪਾਠ ਕਰਨਾ ਸਿਮਰਨ ਕਰਨਾ ਨਿਤਨੇਮ ਕਰਨਾ ਗੁਰਦੁਆਰੇ ਸੇਵਾ ਕਰਨੀ ਅਸੀਂ ਚੈਕਲਿਸਟ ਬਣਾ ਲਈ ਅਸੀਂ ਕਹਿੰਦੇ ਮੈਂ ਆਪਣਾ ਕਰ ਲਿਆ ਮੈਂ ਕਰ ਲਿਆ ਮੈਂ ਕਰ ਲਿਆ ਵਰਸੇਖ ਰਾਤ ਮਰਿਆਦਾ ਜਿਵੇਂ ਲਿਖਿਆ ਹੋਇਆ that all these things are individual capacities ਇਹ ਤਾਂ ਸਾਨੂੰ ਟ੍ਰੇਨ ਕਰਦੀਆਂ ਨੇ ਕਿ ਦੁਨੀਆ ਵਿੱਚ ਜਾ ਕੇ ਕੀ ਕਰਨਾ ਸੋ ધ ਰੈਵਲੂਸ਼ਨ ਵਿਦ ਗੁਰੂ ਨਾਨਕ ਬ੍ਰਾਡ ਹੋਣਾ ਦੁਨੀਆ 'ਚ ਕੀ ਕੀਤਾ ਡਿਗਨਿਟੀ ਰਿਸਪੈਕਟ ਕਾਇਮ ਕੀਤੀ ਲੋਕਾਂ ਦੀ ਕਾਮਨ ਬੰਦੇ ਦੇ ਰਾਈਟਸ ਕਾਇਮ ਕੀਤੇ ਅਸੀਂ ਕਾਮਨ ਬੰਦੇ ਦੇ ਕਿੱਥੇ ਰਾਈਟਸ ਕਾਇਮ ਕਰ ਰਹੇ ਆ ਸਾਡੇ ਬਜ਼ੁਰਗਾਂ ਨੇ ਕੀਤਾ ਹੁਣ ਵੀ ਥੋੜੇ ਬਹੁਤ ਬੰਦੇ ਕਰ ਰਹੇ ਆ ਵੈਨ ਆਈ ਏਮ ਸੇਇੰਗ ਅਸੀਂ ਨਹੀਂ ਕਰ ਰਹੇ ਮਤਲਬ ਜਿਹੜਾ ਨਾਰਮਲ ਪੋਪੂਲੇਸ਼ਨ ਕਰਵਾ ਕਮਿਊਨਿਟੀ ਦਾ 85% ਕਮਿਊਨਿਟੀ ਜਿਹੜੀ ਹੈਗੀ ਇਗਨੋਰ ਦਾ 7.5% ਫਰੋਂ ਟੌਪ ਤੇ 7.5 ਦਾ ਬਾਟਮ ਉਹਨਾਂ ਵਿੱਚ ਇਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਜੋ ਗੁਰੂ ਨਾਨਕ ਸਾਹਿਬ ਨੇ ਆ ਕੇ ਕਰਨੀਆਂ ਸਿਖਾਈਆਂ ਐਂਡ ਥਰਡ ਵਾਸ ਕਿ ਜਿਹੜੀ ਵੀ ਡੋਮੀਨੇਸ਼ਨ ਆ ਉਹਦੇ ਖਿਲਾਫ ਸਿੱਖ ਜ਼ਰੂਰ ਲੜੇ ਤੇ ਡੋਮੀਨੇਸ਼ਨ ਸਿੱਧੇ ਲਫ਼ਜ਼ਾਂ ਵਿੱਚ ਸਿਰਫ ਦੋ ਹੀ ਚੀਜ਼ਾਂ ਦੀ ਹੁੰਦੀ ਆ ਇੱਕ ਧਰਮ ਦੀ ਤੇ ਇੱਕ ਸਿਆਸਤ ਦੀ ਉਹਨਾਂ ਨੇ ਜਥੇਗੁਰਦਾਨਕ ਸਾਹਿਬ ਨੇ ਬਾਬਰ ਨੂੰ ਕ੍ਰਿਟਿਕ ਕੀਤਾ ਅਸੀਂ ਭੁੱਲ ਜਾਂਦੇ ਆ ਕਿ ਬ੍ਰਾਹਮਣ ਤੇ ਕਾਜ਼ੀ ਤੇ ਯੋਗੀ ਨੂੰ ਵੀ ਉਸ ਤੋਂ ਜ਼ਿਆਦਾ ਕ੍ਰਿਟਿਕ ਕੀਤਾ ਤਿੰਨੋਂ ਉਜਾੜੇ ਦਾ ਬੰਦ ਲਿਖਦਾ ਦੇ ਆਰ ਦਾ ਹਾਈਟਸ ਆਫ ਡਿਸਟਰਕਸ਼ਨ ਅਸੀਂ ਇਹ ਰਿਲੀਜੀਅਸ ਲੀਡਰ ਨੂੰ ਸਿਰ ਤੇ ਚੱਕੀ ਫਿਰਦੇ ਆ ਕਿਉਂਕਿ ਉਹ ਵੀ ਇੱਕ ਰਿਲੀਜੀਅਨ ਦੇ ਵਿੱਚ ਆ ਕੇ ਸਿਆਸੀ ਕਰਨੇ ਆ ਹੋਰ ਕਾਰਨਾ ਕਰਕੇ ਉੱਤੇ ਆ ਗਿਆ ਦਾ ਕ੍ਰਿਟਿਕ ਇਸ ਕਿ ਜਿਹੜਾ ਵੀ ਬੰਦਾ ਡੋਮਿਨੇਟ ਕਰ ਰਿਹਾ ਉਹ ਡੋਮਿਨੇਸ਼ਨ ਦੇ ਖਿਲਾਫ ਅਸੀਂ ਜ਼ਰੂਰ ਲੜੀਏ ਸਾਡੀ ਗੱਲ ਹੋਈ ਸੀ ਸ਼ੁਰੂ ਇਹ ਅਟਲੀਸਟ 1499 ਸਤਾਇ ਸ਼ੁਰੂ ਹੋ ਗਈ ਸੀ ਜੇ 1469 ਨਹੀਂ ਅਸੀਂ ਮੰਨਦੇ ਟ੍ਰੈਡੀਸ਼ਨਲੀ ਅਸੀਂ 1469 ਕਿਹਾ ਦਿੰਦੇ ਆ ਥਿਸ ਵਾਸ ਦੀ ਆਊਟਰ ਮੈਨੀਫੈਸਟੇਸ਼ਨ ਆਫ ਜਿਹੜਾ ਸਿੱਖ ਹ ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਯਾਦ ਕਰਦੇ ਆ ਅਸੀਂ ਇਸ ਕਰਕੇ ਨਹੀਂ ਯਾਦ ਕਰਗੇ ਉਹਨਾਂ ਦੀ ਪਰਸਨਲ ਸਟਰੈਂਥ ਪਾਠ ਵਿੱਚੋਂ ਸਿਮਰਨ ਵਿੱਚੋਂ ਆਈ ਸੀ ਇਸ ਕਰਕੇ ਯਾਦ ਕਰਦੇ ਆ ਬਿਕਾਜ਼ ਦੇ ਵਰਕਡ ਔਨ ਥੀਸ ਥਿੰਗਸ ਇਹ ਸਾਡੇ ਬਿਹੇਵੀਅਰ ਵਿੱਚ ਆਂਦਾ ਫਾਈਟਿੰਗ ਡੋਮੀਨੇਸ਼ਨ ਡਿਗਨਿਟੀ ਦ ਰਿਸਪੈਕਟ ਲੋਕਾਂ ਦੀ ਕਾਇਮ ਕਰਨੀ ਤੇ ਕਾਮਨ ਬੰਦੇ ਦੇ ਰਾਈਟਸ ਨੂੰ ਰਾਈਟਸ ਆਫ ਦਾ ਕਾਮਨਰ ਜਿਹੜਾ ਹੁੰਦਾ ਨਾ ਪਲੇਬੀਅਨ ਮਿਸ਼ਨ ਜਿਹਨੂੰ ਕਹਿ ਦਿੰਦੇ ਅਸੀਂ ਹੋਰ ਲਫ਼ਜ਼ਾਂ ਵਿੱਚ ਇਹਨਾਂ ਚੀਜ਼ਾਂ ਤੇ ਫੋਕਸ ਲੈ ਕੇ ਆਉਣਾ ਤੇ ਹੋਇਆ ਕਿ ਅੱਜ ਦੇ ਮਾਹੌਲ ਵਿੱਚ ਅਸੀਂ ਆ ਜਾਈਏ ਇਹ ਸਾਡੇ ਵੱਡੇ ਇਸ਼ੂਜ਼ ਖੜੇ ਨੇ ਇੰਟਰਨਲੀ ਤੇ ਐਕਸਟਰਨਲੀ ਤੁਸੀਂ ਉਹ ਸਾਈਡਸ ਦੇਖ ਸਕਦੇ ਹੋ ਬਟ ਬੇਸਿਕਲੀ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਇਫ ਯੂ ਆਸਕ ਮੀ ਵੈਨ ਆਈ ਐਮ ਲੁਕਿੰਗ ਐਟ ਟ੍ਰੈਂਡਸ ਫਰਮ ਵੈਂਕੂਵਰ ਟੂ ਨਿਊਯਾਰਕ ਟੂ ਲੁਧਿਆਣਾ ਟੂ ਸਾਊਥ ਹਾਲ ਟੂ ਕੁਆਲਾਲੰਪੁਰ ਟੂ ਨੈਰੋਬੀ ਕੀ ਦੇਖਣ ਨੂੰ ਮਿਲ ਰਿਹਾ ਸਭ ਤੋਂ ਵੱਡੇ ਦੋ ਇੰਟਰਨਲ ਦੁਸ਼ਮਣ ਸਾਡੇ ਹੈਗੇ ਨੇ ਰੇਸਿਜ਼ਮ ਐਂਡ ਸੈਕਸਿਜ਼ਮ ਆਈ نو ਲੋਟ ਆਫ ਯੂ ਡੋਨਟ ਅਗਰੀ ਵਿਦ ਥਿਸ ਬਟ ਥਿਸ ਇਜ਼ ਅ ਰਿਐਲਿਟੀ ਵੀ ਆਰ ਵੈਰੀ ਰੇਸਿਸਟ ਪੀਪਲ ਨਾਓ ਐਂਡ ਵੀ ਆਰ ਵੈਰੀ ਸੈਕਸਿਸਟ ਪੀਪਲ ਰੇਸਿਜ਼ਮ ਮਤਲਬ ਇਹ ਨਹੀਂ ਹੁੰਦਾ ਕਿ ਜਿਹੜਾ ਕਾਲਿਆਂ ਨੂੰ ਕੱਲਾ ਮਾੜਾ ਮੰਦਾ ਅਮਰੀਕਾ ਦੇ ਇੱਥੇ ਰੇਸਿਜ਼ਮ ਦਾ ਇੱਕ ਗਰੁੱਪ ਮੈਂਟੈਲਿਟੀ ਹੁੰਦੀ ਆ ਜਿਹਦੇ ਬਾਰੇ ਗੁਰਬਾਣੀ ਜੀ ਲਿਖਿਆ ਹੋਇਆ ਕਰਤੂਤ ਪਸੂ ਕੀ ਮਾਨਸ ਜਾਤ ਯੂ ਯੂ ਨੋ ਐਨੀਮਲਸ ਫਲੌਕ ਵਿਦ देयर ਓਨ ਕਾਈਂਡ ਅਸੀ ਵੀ ਪਹਿਲਾਂ ਚਲੋ ਕਾਸਟ ਕਲਚਰ ਡਿਫਰੈਂਟ ਸੀਗਾ ਹੁਣ ਅਸੀਂ ਨਵੇਂ ਕਾਸਟ ਕਲਚਰ ਬਣਾ ਲਏ ਨੇ ਵੈਨ ਦਾ ਕੈਬੀਜ਼ ਹੈਂਗ ਟੂਗੇਦਰ ਐਂਡ ਦਾ ਡਾਕਟਰਜ਼ ਹੈਂਗ ਟੂਗੇਦਰ ਦੈਟਸ ਅ ਨਿਊ ਕਾਸਟ ਕਲਚਰ ਉਹ ਵੀ ਰਹਿਲੇ ਅ ਪ੍ਰੋਫੈਸ਼ਨ ਬੇਸਡ ਹੀ ਹੁੰਦਾ ਸੀ ਨਾ ਕਾਸਟ ਵੀ ਉਹ ਬਿਹੇਵੀਅਰ ਦੇ ਵਿੱਚ ਜਿਹੜਾ ਸਾਡਾ ਆ ਰਿਹਾ ਕਿ ਸਾਡਾ ਗਰੁੱਪ ਹੀ ਚੰਗਾ ਜਾਂ ਸਾਡੇ ਜੱਥੇਬੰਦੀ ਚੰਗੀ ਆ ਜਾਂ ਉਹ ਸੁਪੀਰੀਅਰ ਹੈਗੀ ਤੇ ਦੂਜੇ ਇਨਫੀਰੀਅਰ ਨੇ ਇਹ ਡਿਗਨਿਟੀ ਤੇ ਰਿਸਪੈਕਟ ਕਿਵੇਂ ਕਾਇਮ ਕਰੂ ਤੇ ਦੂਸਰਾ ਹੈਗਾ ਸੈਕਸਿਸਟ ਬਿਹੇਵੀਅਰ ਉਹਦੇ ਬਾਰੇ ਤਾਂ ਇੰਨਾ ਕੀ ਕਹਿਣ ਦੀ ਲੋੜ ਤੁਸੀਂ ਰੈਸ਼ੀਅਸ ਪੰਜਾਬ ਦੇ ਸਟੱਡੀ ਕਰ ਲਓ ਜੇ ਸਰਦਾਰ ਇੰਦਰਜੀਤ ਸਿੰਘ ਜੱਜੀ ਦੀ ਕਿਤਾਬ ਦਾ ਵੀ ਅਸੀਂ ਐਂਕਣ ਨੰਬਰਸ ਨੂੰ ਮੰਨ ਲਈਏ ਉਹ ਕਹਿੰਦੇ ਨੇ ਘੱਟ ਤੋਂ ਘੱਟ 2.5 ਲੱਖ ਸਿੱਖ ਮਾਰੇ ਸੀਗੇ 84 ਤੋਂ ਲੈ ਕੇ ਸ਼ਹੀਦ ਕਰ ਦਿੱਤੇ ਸੀਗੇ 93 ਤੱਕ ਕਰ ਪੋਲਿਟਿਕਸ ਆਫ ਜੇਨੋਸਾਈਡ ਦੀ ਫਿਗਰ ਹੈ ਜੇ ਉਹਨੂੰ ਲਾਓ ਤੇ ਜਿਹੜੇ ਰੇਸ਼ੀਓਸ ਪੰਜਾਬ ਦੇ ਵਿੱਚ ਗਰਲ ਤੇ ਬੋਏ ਦੇ ਵਿਚਾਰੇ ਖੜਾ ਮਾੜਾ ਉਹ ਉਸ ਤੋਂ ਵੀ ਗਾਹ ਮਾੜਾ ਹੋ ਜਾਂਦਾ ਅਜੇ ਇਹਨੇ ਮੁੰਡੇ ਮਾਰ ਦਿੱਤੇ ਨੇ 16 ਤੋਂ ਲੈ ਕੇ 35 ਸਾਲ ਦੀ ਉਮਰ ਦੇ आई गो टू पंजाब एव्री इयर्स बोथ पंजाब्स पाकिस्तान साइड ਵੀ एव्री अदर इयर ਚਲਾ ਜਾਂਦਾ ਮੈਂ ਪੰਜਾਬ ਸਾਈਡ ਪੰਜਾਬ ਵਿੱਚ ਸਾਨੂੰ ਕੀ ਦੇਖਣ ਨੂੰ ਮਿਲ ਰਿਹਾ ਆਈ ਹੈਵ ਸੀਨ 13 ਵੈਲਸ ਫਿਲ ਵਿਦਨ ਮੁਹੱਲੇਜ਼ 10 ਮੀਲ ਦੇ ਵਿੱਚ ਜਿੱਥੇ ਕੁੜੀਆਂ ਇੱਕ ਸਾਲ ਤੋਂ ਘਟਦੀਆਂ ਖੂਹਾਂ ਵਿੱਚ ਭਰ ਦਿੱਤੀਆਂ ਗਈਆਂ ਮਾਰ ਕੇ ਇਹ ਸਾਡੀ ਰਿਐਲਿਟੀ ਹੈਗੀ ਯਾਰ ਅਸੀਂ ਗੱਲ ਕਰਦੇ ਹਾਂ ਕਿਲਚਰ ਕਿੱਥੇ ਖੜਾ ਸੱਭਿਆਚਾਰ ਕਿੱਥੇ ਖੜਾ ਵੱਡੀਆਂ-ਵੱਡੀਆਂ ਗੱਲਾਂ ਗੁਰੂ ਨਾਨਕ ਸਾਹਿਬ ਦਾ ਮੈਸੇਜ ਸੀਗਾ ਐਵਰੀ ਡੇ ਪਰਸਨ ਨੂੰ ਉਹਨਾਂ ਨੇ ਕ੍ਰਿਟਿਕ ਕੀਤਾ ਸੀ ਧਰਮ ਦੇ ਠੇਕੇਦਾਰਾਂ ਨੂੰ ਤੇ ਜਿਹੜੇ ਆਪਣੇ ਆਪ ਨੂੰ ਵੱਡੇ ਮੀਰ ਮੰਨਦੇ ਸੀ ਐਵਰੇਜ ਬੰਦੇ ਨੂੰ ਉਹਨਾਂ ਨੇ ਲਾਈਫ ਵਿੱਚ ਦਿਖਾਈ ਸੀ ਕਿਵੇਂ ਜੀਣਾ ਸਾਡੀ ਰਿਐਲਿਟੀ ਤਾਂ ਇਹ ਆ ਸੀ ਕਿ ਬੁੜਕਾ ਮਾਰਦੇ ਆ ਤੇ ਕੀ ਲਵਾਂਗੇ ਤੇ ਕੀ ਬਣਾਾਂਗੇ ਹਰ ਸਰਦਾਰ ਹਰਿੰਦਰ ਸਿੰਘ ਮਹਿਬੂਬ ਦੀ ਵਨ ਆਫ ਮਾਈ ਫੇਵਰਿਟ ਬੁక్స్ ਇਨ ਪੰਜਾਬੀ ਸ ਹੈ ਜੇ ਰਚੋ ਖਾਲਸਾ ਯੂ نو ਦੈਟ ਬੁੱਕ ਐਂਡਸ ਵਿਦ ਵਨ ਲਾਈਨ ਲਾਸਟ ਲਾਈਨ ਅੰਗਰੇਜ਼ੀ ਚ ਲਿਖੀ ਹੋਈ ਆ ਪੂਰੀ ਪੰਜਾਬੀ ਚ ਕਿਤਾਬ ਆ ਐਂਡ ਹੀ ਕੋਟ ਸ਼ੇਕਸਪੀਅਰ ਇਨ देयर ਐਂਡ ਦ ਲਾਸਟ ਲਾਈਨ ਆਫ ਦ ਬੁੱਕ ਇਜ਼ ਦ ਕ੍ਰਾਊਨ ਹੈਜ਼ ਫਾਲਨ ਵੀ ਮਸਟ ਹੈਵ ਸੈਂਡ ਸੋ ਜਿਹੜੀ ਇਹ ਇੰਟਰਨਲ ਏਵੈਲੂਏਸ਼ਨ ਆ ਨਾ ਸਵਰਟਸ ਸਵਾਰਟ ਅਨਾਲਿਸਿਸ ਦੀ ਗੱਲ ਹੋ ਰਹੀ ਸੀ ਸਟਰੈਂਥ ਵੀਕਨੈਸਸ ਦੀ ਅਸੀਂ ਜਰੂਰ ਦੇਖੀਏ ਸਾਨੂੰ ਮਾਰਕ ਹੀ ਰਿਆ ਤੇ ਐਕਸਟਰਨਲੀ ਸਾਨੂੰ ਕੀ ਅਸੀਂ ਮਾਰ ਰਹੇ ਆ ਬੇਸਿਕਲੀ ਅਸੀਂ ਜਿਹੜਾ ਬੰਦਾ ਗੁਰਬਾਣੀ ਦੇ ਮੁਤਾਬਕ ਜਿਹਦੇ ਨਾਲ ਅਸੀਂ ਖੜਨਾ ਸੀ ਅਸੀਂ ਉਹਦੇ ਨਾਲ ਖੜੇ ਹੀ ਨਹੀਂ ਅਸੀਂ ਜਿਨ੍ਹਾਂ ਦੇ ਨਾਲ ਨਹੀਂ ਖੜਨਾ ਸੀ ਅਸੀਂ ਉਹਨਾਂ ਨਾਲ ਖੜ ਗਏ ਵਡਿਆਂ ਸਿਓ ਕਿਹਾ ਰੀਸ ਲਿਖਿਆ ਜਿਹੜਾ ਵੱਡਾ ਇਸ ਐਸਟੈਬਲਿਸ਼ਡ it's not somebody who has more money necessarily politically established or whatever level of established even spiritually established i will say fir assi oh bande nu haq de reha ki oh decide kare ode barabar da kon hai to us to thalle kon gurnanak samne da challenge kita sanu kende nahi ode piche na lag jao wadeyan siyo ke haris jede niche huat niche onna nal khade ho where in the world are we supporting underrepresented and unrepresented causes and people na asi india ch dalats nal khade ha ਨਾ ਇੱਥੇ ਅਮਰੀਕਨ ਇੰਡੀਅਨਸ ਨਾਲ ਖੜੇ ਆ ਹੁਣੇ ਪਿਛਲੇ 4 ਸਾਲਾਂ ਵਿੱਚ ਹੀ ਅਮਰੀਕਾ ਜੀ ਦੇਸੀ ਲੈ ਲਈ ਐਗਜ਼ੈਂਪਲ ਮੈਕਸੀਕਨ ਬੰਦਾ 1 ਲੱਖ ਐਲ.ਏ ਦੀ ਸਟਰੀਟ ਤੇ ਖੜ ਗਿਆ ਇਮੀਗ੍ਰੇਸ਼ਨ ਰਿਫਾਰਮ ਦੇ ਲਈ ਇੱਕ ਸਿੱਖ ਨਹੀਂ ਖੜਾ ਉਹਨਾਂ ਨਾਲ ਬੜਜੇ ਰਾਈਟਸ ਮਿਲਣਗੇ ਘੱਟ ਤੋਂ ਘੱਟ 20-25 ਹਜ਼ਾਰ ਸਿੱਖਾਂ ਨੂੰ ਮਿਲ ਜਾਣਗੇ ਵਿੱਚ ਜਿਵੇਂ ਕਾਣਿਆਂ ਦੇ ਸਿਰ ਤੇ ਸਾਨੂੰ ਪਹਿਲਾਂ 30 ਸਾਲ ਪਹਿਲਾਂ ਮਿਲ ਗਏ ਸੀ ਸੋ ਵੇਅਰ ਆਰ ਵੀ ਵਾਟ ਆਰ ਵੀ ਕਿਡਿੰਗ ਅਸੀਂ 2.0 ਜਨਰੇਸ਼ਨ ਦੀ ਫਿਕਰ ਕਰਦੇ ਆ ਇੱਥੇ ਕਹਿ ਰਹੇ ਸੀ ਕਿ ਪੰਜ ਬੰਦੇ ਵੀ ਨਹੀਂ ਬੈਠੇ ਯੰਗ ਉਹ ਕਿਉਂ ਬੈਠਣ ਆ ਕੇ ਇੱਕ ਕಾಗ್ਨੀਟਿਵ ਡਿਸਿਸੈਂਸ ਕਹਿੰਦੇ ਨੇ ਸਾਈਕੋਲੋਜਿਸਟ ਅੱਜਕੱਲ੍ਹ ਦੇ ਕਿ ਉਹਨਾਂ ਨੂੰ ਦਿਖ ਰਿਹਾ ਤੁਸੀਂ ਬੋਲਦੇ ਕਿਉਂ ਤੇ ਕਰਦੇ ਕਿਉਂ ਇਹ ਇਸ ਕਰਕੇ ਉਹ ਕਿਉਂ ਬੈਠਣ I mean I deal with them they tell me ਕਹਿੰਦੇ ਵੀ ਆਰ ਗੋਇੰ ਟੂ ਬੀ ਵੇਸਟਿੰਗ ਅ ਟਾਈਮ so ਪੁਆਇੰਟ ਇਜ਼ ਐਕਸਟਰਨਲੀ ਜਿਹਦੇ ਨਾਲ ਅਸੀਂ ਖੜਨਾ ਸੀ ਉੱਥੇ ਆਪਣੇ ਰੋਲ ਅਸੀਂ ਚੇਂਜ ਕਰਦੇ ਜਿਹੜੇ ਅਸੀਂ ਰੋਲ ਪੂਰੇ ਕਰਨੇ ਸੀ ਉਹ ਸਾਡੇ ਕੋਲ ਹੋ ਨਹੀਂ ਰਹੇ ਅਸੀਂ ਰੋਲ ਹੀ ਚੇਂਜ ਕਰਤਾ ਜਿਵੇਂ ਧਰਮ ਵਿੱਚ ਵੀ ਇਹੀ ਚੱਲ ਰਿਹਾ ਅਸੀਂ ਆਪ ਸਿੱਖ ਨਹੀਂ ਬਣ ਪਾਉਂਦੇ ਅਸੀਂ ਸਿੱਖੀ ਦੀ ਡੈਫੀਨੇਸ਼ਨ ਤੇ ਲੜ ਪਏ ਪੰਮ ਵੀ ਐਸਜੀਪੀਸੀ ਦੇ ਇਲੈਕਸ਼ਨ ਆਈ ਸੋ ਇਵਨ ਇਸ ਸਾਲ ਦੀ ਡਿਫੀਨੇਸ਼ਨ ਵੀ ਚੇਂਜ ਹੋ ਗਈ ਫਿਰ ਜਿਹੜਾ ਸਿੱਖ ਰਹਿਤ ਮਰਿਆਦਾ ਦਾ ਫਿਫਥ ਐਲੀਮੈਂਟ ਹੈ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ ਉਹ ਐਪਲੀਕੇਸ਼ਨ ਚ ਹੀ ਘਟਦਾ ਇਸ ਸਾਲ ਉਹਨਾਂ ਨੇ ਆਈ ਸੋ ਦ ਐਪਲੀਕੇਸ਼ਨ ਮਾਈਸੈਲਫ ਮੈਂ ਪੁੱਛਿਆ ਚੰਡੀਗੜ੍ਹ ਦੇ ਇੱਕ ਰਿਪਰੈਜ਼ੈਂਟੇਟਿਵ ਨੂੰ ਅਕਾਲੀ ਦਲ ਬਾਦਲ ਦੇ ਸੀਗੇ ਮੈਂ ਕਿ ਇਹ ਕਿਸੇ ਲਈ ਐਡਜਸਟਮੈਂਟ ਹੋ ਰਹੀ ਹੈ ਇਸ ਸਾਲ ਕਿੰਨੇ ਨਾਮ ਧਾਰੀਆਂ ਤੋਂ ਵੜ ਪਵਾਉਣੇ ਨੇ ਵੀਰੋਂ ਨਹੀਂ ਬੰਦੋ ਹੋ ਕੀ ਰਿਹਾ ది ਰਿਐਲਿਟੀ ਇਜ਼ ਦਿਸ ਵੀ ਡੋਨਟ ਨੋ ਕੀ ਹੋ ਰਿਹਾ ਅਸੀਂ